ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਅਠਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨ ਚੌਥੇ ਕਾਂਡ ਦਾ ਤੀਜਾ ਪਾਗ ਨੀਂਦ ਚੌਥਾ ਪਾਗ ਮਾਇਆ ਦੇ ਨਸ਼ੇ ਦੀ ਨੀਂਦ ਪੰਜਵਾਂ ਪਾਗ ਜਾਗਰਤ ਅਵਸਥਾ ਛੇਵਾਂ ਪਾਗ ਸੁਭਾਗੀ ਨੀਂਦ ਸਤਵਾਂ ਪਾਗ ਨੀਂਦ ਅਤੇ ਪ੍ਰਭੂ ਦੀ ਯਾਦ ਅਤੇ ਅਠਵਾਂ ਪਾਗ ਸੌਣਾ ਲਫਸ ਦੀ ਅੱਡ ਅੱਡ ਅਰਥਾਂ ਵਿੱਚ ਵਰਤੋ ਆਵਾਜ਼ ਗੁਰਜੰਟ ਸਿੰਘ ਗੁੱਪੋਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਇਆ ਦੇ ਤਿੰਨਾਂ ਗੁਣਾਂ ਰਾਜ ਤਮਸਤ ਦੀ ਵਿਚਾਰ ਕਰਦੇ ਸਮੇਂ ਅਸੀਂ ਪਿੱਛੇ ਪੜ ਆਏ ਹਾਂ ਕਿ ਤਮ ਗੁਣ ਅਜਿਹੇ ਹਨ ਜਿਨ੍ਹਾਂ ਤੋਂ ਆਤਮਿਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ ਆਤਮਿਕ ਜੀਵਨ ਨੂੰ ਨਸ਼ਟ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਪੰਜ ਵਿਕਾਰ ਅਤੇ ਅਗਿਆਨਤਾ ਆਲਸ ਨੀਂਦ ਆਦ ਹਨ ਅਗਿਆਨਤਾ ਬਾਰੇ ਇਸੇ ਭਾਗ ਵਿੱਚ ਵਿਚਾਰ ਲਿਖੀ ਜਾ ਚੁੱਕੀ ਹੈ ਅਤੇ ਇਸ ਪੁਸਤਕਮਾਲਾ ਵਿਪਰਨ ਕੀ ਰੀਤੋਂ ਸੱਚ ਦਾ ਮਾਰਗ ਦੇ ਚੌਥੇ ਭਾਗ ਦੇ ਤੀਜੇ ਕਾਂਡ ਦੇ 6ਵੇਂ ਲੇਖ ਵਿੱਚ ਆਲਸ ਬਾਰੇ ਗੁਰਮਤਿ ਵਿਚਾਰ ਲਿਖੇ ਹੋਏ ਹਨ ਇੱਥੇ ਅਸਾਂ ਹੁਣ ਨੀਂਦ ਬਾਰੇ ਗੁਰਮਤਿ ਵਿਚਾਰ ਕਰਨੀ ਹੈ ਕੁਦਰਤ ਤੇ ਬਣਾਏ ਕਿਸੇ ਵੀ ਅਸੂਲ ਵਿੱਚ ਕਦੇ ਕੋਈ ਖਨਾਮੀ ਨਹੀਂ ਹੋ ਸਕਦੀ ਨੀਂਦ ਮਨੁੱਖਾ ਜ਼ਿੰਦਗੀ ਲਈ ਬੜੀ ਜ਼ਰੂਰੀ ਹੈ ਕੰਮ ਕਾਜ ਤੋਂ ਥੱਕਿਆ ਹਾਰਿਆ ਮਨੁੱਖ ਜਦ लेटਦਾ ਹੈ ਤਾਂ ਨੀਂਦ ਉਸ ਦਾ ਥਕੀਵਾ ਲਾਉਣ ਲਈ ਆ ਜਾਂਦੀ ਹੈ ਲੋੜੀਂਦਾ ਸਮਾਂ ਨੀਂਦ ਵਿੱਚ ਟਿਕੇ ਰਹਿਣ ਉਪਰੰਤ ਉਹੀ ਮਨੁੱਖ ਜੋ ਪਹਿਲਾਂ ਦੋ ਕਦਮ ਪੁੱਟਣੇ ਵੀ ਭਾਰ ਮੰਨ ਬੈਠਾ ਸੀ ਮੁੜ ਤਾਜ਼ਾ ਹੋ ਕੇ ਪਹਿਲਾਂ ਵਾਂਗ ਹੀ ਪੂਰੇ ਜੋਸ਼ ਨਾਲ ਕੰਮ ਕਰਨ ਦੇ ਕਾਬਿਲ ਹੋ ਜਾਂਦਾ ਹੈ ਸੋ ਨੀਂਦ ਵੀ ਪਰਮਾਤਮਾ ਵੱਲੋਂ ਮਿਲਿਆ ਇੱਕ ਜ਼ਰੂਰੀ ਉਪਹਾਰ ਹੈ ਕਿਸੇ ਰੋਗ ਦੇ ਕਾਰਨ ਮਨੁੱਖ ਦੀ ਨੀਂਦ ਘਟ ਜਾਏ ਜਾਂ ਕਈ ਵਾਰੀ ਨੀਂਦ ਆਉਂਦੀ ਹੀ ਨਹੀਂ ਤਾਂ ਅਜਿਹੇ ਵਿਗਨ ਦਾ ਇਲਾਜ ਡਾਕਟਰ ਲੋਕ ਕਰਦੇ ਹਨ ਸਰੀਰ ਦੀ ਅਰੋਗਤਾ ਲਈ ਲੋੜ ਅਨੁਸਾਰ ਸੰਜਮ ਵਿੱਚ ਰਹਿੰਦਿਆਂ ਨੀਂਦ ਬੜੀ ਲਾਹੇਵੰਦ ਹੈ ਪਰ ਇਸੇ ਨੀਂਦ ਦੇ ਕਈ ਰੂਪ ਆਤਮਿਕ ਜੀਵਨ ਦਾ ਘਾਤ ਕਰਨ ਵਾਲੇ ਵੀ ਹਨ ਉਹਨਾਂ ਮਾਨਸਿਕ ਰੋਗਾਂ ਦਾ ਇਲਾਜ ਵੈਦਾਂ ਹਕੀਮਾਂ अथवा ਡਾਕਟਰਾਂ ਕੋਲੋਂ ਨਹੀਂ ਹੋ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਸਿਕ ਰੋਗਾਂ ਦੇ ਪਰਮ ਵੈਦ ਹਨ ਮਤ ਭੂਲੋ ਮਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇ ਪੰਨਾ 812 ਭਾਗ ਚੌਥਾ ਮਾਇਆ ਦੇ ਨਸ਼ੇ ਦੀ ਨੀਂਦ ਗੁਰ ਪ੍ਰਸਾਦੀ ਬੂਝ ਲੈ ਤੋ ਹੋਏ ਨਵੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੀਰਾ ਬੇਨੁ ਗੁਰ ਸ਼ਬਦ ਨਾ ਛੁੱਟ ਗਿਆ ਦੇਖੋ ਵਿਚਾਰਾ ਜੇ ਲਖ ਕੰਮ ਕਮਾਵਹੀਂ ਬਿਨ ਗੁਰ ਅੰਧਿਆਰਾ ਰਹੋ ਅੰਦੇ ਅਕਲੀ ਬਾਹਰੇ ਕਿਆ ਤਿੰਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੁਝਾਈ ਕਿਤ ਬਿਦ ਨਰ ਭਈਐ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਦੇ ਕਾ ਨਾਉ 파ਰਖੂ ਕਲੀ ਕਾਲ ਵਿਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੇ जाते को आया पर की को अपनी कहे अपनो नहीं पाया मीठे को कौड़ा कहे कड़वे को मीठा राते की निंदा करें ऐसा कल मैं डीठा चेरी की सेवा करें ठाकुर नहीं दीसै पोखर नीर वरोली माख नहीं रीसै इस पद जो आए ले सो गुरु हमारा नानक चीने आप को सो अपर अपारा ਸਭ ਆਪੇ ਆਪ ਵਰਤਦਾ ਆਪੇ ਪਰਮਾਇ ਗੁਰ ਕਿਰਪਾ ਤੇ ਬੁਝੀਏ ਸਭ ਬ੍ਰਹਮ ਸਮਾਇਆ ਪੰਨਾ 229 ਅਰਥ ਮਾਇਆ ਦੇ ਮੋਹ ਨੇ ਜੀਵਾਂ ਦੀਆਂ ਅੱਖਾਂ 'ਗੇ ਹਨੇਰਾ ਖੜਾ ਕਰ ਦਿੱਤਾ ਹੈ हे ਭਾਈ ਵਿਚਾਰ ਕੇ ਵੇਖ ਲਵੋ ਗੁਰੂ ਦੇ ਸ਼ਬਦ ਤੋਂ ਬਿਨਾ ਇਸ ਆਤਮਕ ਹਨੇਰੇ ਤੋਂ ਖਲਾਸੀ ਨਹੀਂ ਹੋ ਸਕਦੀ ਜੇ ਤੂੰ ਲੱਖਾਂ ਹੀ ਧਰਮ ਕਰਦਾ ਰਹੇ ਤਾਂ ਵੀ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ ਠੀਕਿਆ ਹੀ ਰਹੇਗਾ اے ਜੀਵ ਜੇ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵਸਦਾ ਹੈ ਤੇ ਉਹ ਨਿਰੰਜਨ ਮੀਰਾ ਵੀ ਪਾਲਣਹਾਰ ਮਾਲਕ ਹੈ ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿੱਚੋਂ ਤੇਰੀ ਖਲਾਸੀ ਹੋ ਜਾਵੇਗੀ ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨਾ ਅਕਲਹੀਣ ਕਰ ਦਿੱਤਾ ਹੈ ਉਹਨਾਂ ਨੂੰ ਇਹ ਸਮਝਾਉਣ ਦਾ ਕੋਈ ਲਾਭ ਨਹੀਂ ਗੁਰੂ ਦੀ ਸ਼ਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਸਹੀ ਜੀਵਨ ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਸਾਥ ਨਹੀਂ ਨਿਭ ਸਕਦਾ ਮਾਇਆ ਦੀ ਕੂਕੀ ਵਿੱਚ ਸੁੱਤੇ ਮਨੁੱਖ ਜਿਸ ਧਨ ਦੌਲਤ ਦਾ ਪ੍ਰਭੂ ਦੇ ਦਰ ਵਿੱਚ ਕੋਈ ਮੁੱਲ ਨਹੀਂ ਉਸ ਨੂੰ ਅਸਲੀ ਧਨ ਕਹਿੰਦਾ ਹੈ ਪਰ ਜਿਹੜਾ ਨਾਮ ਧਨ ਅਸਲ ਧਨ ਹੈ ਉਸ ਦੀ ਕਦਰ ਨਹੀਂ ਸਮਝਦਾ ਮਾਇਆ ਦੇ ਮੂਹ ਵਿੱਚ ਅੰਨੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ ਇਹ ਅਚਰਜ ਚਾਲ ਹੈ ਇਸ ਕਲਯੁਗ ਸਮੇ ਦੇ ਪ੍ਰਭਾਵ ਹਟਾਏ ਜੀਵ ਦੀ ਮਾਇਆ ਦੇ ਮੂਹ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਪਰ ਜਿਹੜਾ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਹੈ ਭਾਵ ਵਾਸਤਵ ਵਿੱਚ ਜਾਗਦਾ ਹੈ ਉਸ ਨੂੰ ਜਗਤ ਸੁੱਤਾ ਪਿਆ ਕਹਿੰਦਾ ਹੈ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜਿਉਂਦੇ ਆਤਮਿਕ ਜੀਵਨ ਵਾਲੇ ਮਨੁੱਖ ਨੂੰ ਲੋਕ ਆਖਦੇ ਹਨ ਇਕੇ ਸਾਡੇ ਭਾ ਦਾ ਮੂਆ ਹੋਇਆ ਹੈ ਪਰ ਆਤਮਿਕ ਮੌਤ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਕਰਦਾ ਪੰਜਾਬੀ ਬੋਲੀ ਦਾ ਇਹ ਬੜਾ ਪ੍ਰਸਿੱਧ ਅਖਾਣ ਹੈ ਸੁੱਤਾ ਹੋਇਆ ਇੱਕ ਬਰਾਬਰ ਮਾਇਆ ਨਸ਼ੇ ਦੀ ਨੀਂਦ ਵਿੱਚ ਸੁੱਤੇ ਮਨੁੱਖ ਨੂੰ ਮੁਰਦਾ ਨਹੀਂ ਕਿਹਾ ਸਗੋਂ ਉਹਨਾਂ ਦੀ ਭੁੱਲ ਨੂੰ ਆਮ ਬੋਲੀ ਵਾਲੇ ਅੱਡ-ਅੱਡ ਤਰੀਕਿਆਂ ਦੇ ਬਚਨਾਂ ਨਾਲ ਅਸਲੀਅਤੋਂ ਜਾਣੂ ਕਰਾ ਕੇ ਮਾਇਆ ਦੀ ਨੀਂਦ ਤੋਂ ਸਾਨੂੰ ਜਗਾਉਣ ਦਾ ਉਪਕਾਰ ਕੀਤਾ। ਮਾਇਆ ਦੇ ਮੋਹ ਵਿੱਚ ਫਸਿਆ ਸੰਸਾਰੀ ਜੀਵ ਕਿਸ ਪ੍ਰਕਾਰ ਦੀ ਨੀਂਦ ਵਿੱਚ ਗਲਤਾਨ ਹੋ ਗਿਆ ਅਤੇ ਉਸ ਦੀ ਜੀਵਨ ਰਾਸ ਪੂੰਜੀ ਕਿਵੇਂ ਲੁੱਟੀ ਜਾ ਰਹੀ ਹੈ। ਉਸ ਦਾ ਵੇਰਵਾ ਸਤਿਗੁਰੂ ਜੀ ਸਮਝਾਉਂਦੇ ਹਨ ਅਤੇ ਨਾਲ ਹੀ ਮਨੁੱਖ ਨੂੰ ਜੀਵਨ ਯੋਗਤ ਸਵਾਰ ਲੈਣ ਦੀ ਜਾਂਚ ਦੱਸਦੇ ਹੋਏ ਫਰਮਾਨ ਕਰਦੇ ਹਨ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ रसना सोई लोभ मीठा साद मन सोया माया बिसमाद इस गृह में कोई जागत रहै साबत वस्त ओ अपनी लहेरहा सकल सहेली अपने रस माती गृह अपने की खबर ना जागती मूसनहार पंच बटवारे सोने नगर परे ठग हारे उनते राखै बाप ना माई उनते राखै नीत ना भाई दर्प स्यान ਨਾ ਉਹ ਰਹਤੇ ਸਾਧ ਸੰਗ ਉਹ ਇਹ ਦੁਸ਼ਟ ਵਸ ਹੋਤੇ ਕਰ ਕਿਰਪਾ ਮਹੀਸਾਰੰਗ ਬਾਣ ਸੰਤਨ ਧੂਰ ਸਰਬ નિਧਾਨ ਸਾਬਤ ਪੂੰਜੀ ਸਾਧਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ ਪੰਨਾ 182 ਅਰਥ ਇਸ ਸਰੀਰ ਘਰ ਵਿੱਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ ਜਿਹੜਾ ਸੁਚੇਤ ਰਹਿੰਦਾ ਹੈ ਉਹ ਆਪਣੀ ਆਤਮਿਕ ਜੀਵਨ ਦੀ ਸਾਰੀ ਦੀ ਸਾਰੀ ਰਾਸ ਪੂੰਜੀ ਸੰਭ ਲੈਂਦਾ ਹੈ ਪ੍ਰਾਏ ਰੂਪ ਨੂੰ ਵਿਕਾਰਾਂ ਦੀ ਨਿਗਾਹ ਨਾਲ ਦੇਖਣਾ ਇਹ ਅੱਖਾਂ ਵਿੱਚ ਨੀਂਦ ਆ ਰਹੀ ਹੈ ਹੋਰਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ ਜੀਭ ਖਾਣ ਦੇ ਲੋਭ ਵਿੱਚ ਮਿੱਠੇ ਸੁਆਦ ਵਿੱਚ ਸੁੱਤੀ ਰਹਿੰਦੀ ਹੈ ਮਨ ਮਾਇਆ ਦੇ ਅਚਰਜ ਤਮਾਸ਼ਿਆਂ ਵਿੱਚ ਸੁੱਤਾ ਰਹਿੰਦਾ ਸਾਰੇ ਗਿਆਨ ਇੰਦਰੇ ਆਪੋ ਆਪਣੇ ਜਸਕੇ ਵਿੱਚ ਮਸਤ ਰਹਿੰਦੇ ਹਨ ਅਤੇ ਆਪਣੇ ਸਰੀਰ ਘਰ ਦੀ ਇਹ ਸੂਝ ਨਹੀਂ ਰੱਖਦੇ ਠੱਗਣ ਵਾਲੇ ਪੰਜ ਡਾਕੂ ਸੁੰਨੇ ਸਰੀਰ ਘਰ ਵਿੱਚ ਆ ਹੱਲਾ ਬੋਲਦੇ ਹਨ ਉਹਨਾਂ ਪੰਜਾਂ ਡਾਕੂਆਂ ਤੋਂ ਨਾ ਪਿਓ ਬਚਾ ਸਕਦਾ ਨਾ ਮਾਂ ਬਚਾ ਸਕਦੀ ਹੈ ਉਹਨਾਂ ਤੋਂ ਨਾ ਕੋਈ ਮਿੱਤਰ ਬਚਾ ਸਕਦਾ ਤੇ ਨਾ ਕੋਈ ਭਰਾ ਬਚਾ ਸਕਦਾ ਉਹ ਪੰਜੇ ਡਾਕੂ ਨਾ ਧੰਨ ਨਾਲ ਵਰਜੇ ਜਾ ਸਕਦੇ ਹਨ ਨਾ ਹੀ ਚਤਰਾਈ ਨਾਲ ਵਰਜੇ ਜਾ ਸਕਦੇ ਹਨ ਉਹ ਪੰਜੇ ਦੁਸ਼ਟ ਸਿਰਫ ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਆ ਹੀ ਕਾਬੂ ਵਿੱਚ ਆਉਂਦੇ ਹਨ हे ਤੁਨੋਖ ਧਾਰੀ ਪ੍ਰਭੂ ਮੇਰੇ ਉੱਤੇ ਕਿਰਪਾ ਕਰ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇ ਇਹ ਹੀ ਮੇਰੇ ਵਾਸਤੇ ਖਜ਼ਾਨੇ ਹਨ ਗੁਰੂ ਦੀ ਸੰਗਤ ਵਿੱਚ ਰਹਿ ਆ ਆਤਮਿਕ ਜੀਵਨ ਦਾ ਸਰਮਾਇਆ ਬਚਿਆ ਰਹਿ ਸਕਦਾ ਹੈ ਗੁਰੂ ਜੀ ਫਰਮਾਨ ਕਰਦੇ ਹਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਹਿ ਕੇ ਹੀ ਸੁਚੇਤ ਰਹਿ ਸਕੀਦਾ ਹੈ ਤੇ ਪੰਜਾਂ ਦੇ ਹੱਲਿਆਂ ਤੋਂ ਬਾਤ ਸਕੀਦਾ ਕਾਮਾਦਕ ਪੰਜਾਂ ਡਾਕੂਆਂ ਦੇ ਹੱਲਿਆਂ ਵੱਲੋਂ ਉਹੀ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਉਸਦੀ ਆਤਮਿਕ ਜੀਵਨ ਦੀ ਇਹ ਰਾਸ ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ ਉਸਦੇ ਪਾਸ ਪ੍ਰਭੂ ਦਾ ਨਾਮ ਧਨ ਸਰਮਾਇਆ ਬਚਿਆ ਰਹਿੰਦਾ ਹੈ ਰਹਾਉ ਦੂਜਾ ਅਜਹੀ ਨੀਂਦ ਤੋਂ ਜਗਾਉਣ ਲਈ ਸਤਿਗੁਰਾਂ ਦੇ ਬਿਆਨਤ ਸ਼ਬਦ ਹਨ ਆਓ ਉਹਨਾਂ ਵਿੱਚੋਂ ਕੁਝ ਸ਼ਬਦਾਂ ਦੀ ਵਿਚਾਰ ਕਰਕੇ ਗੁਰਦੇਵ ਜੀ ਦੀ ਸਿੱਖਿਆ ਨੂੰ ਹਿਰਦੇ ਵਿੱਚ ਬਸਾਉਣ ਦਾ ਯਤਨ ਕਰੀਏ। ਕਿਆ ਤੂੰ ਸੋਇਆ ਜਾਗ ਈ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾ। ਪੰਨਾ 794 ਅਰਥ हे ਅਨਜਾਨ ਹੋਸ਼ ਕਰ। ਤੂੰ ਮਾਇਆ ਮੋਹ ਦੇ ਨਸ਼ੇ ਵਿੱਚ ਕਿਉਂ ਸੋ ਰਿਆ ਹੈ? ਤੂੰ ਜਗਤ ਵਿੱਚ ਇਸ ਜੀਵਨ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈ ਜੋ ਕਿ ਇੱਕ ਪਰਮ ਹੈ। ਅੰਦਰ ਸੰਸਾ ਦੁਖ ਹੈ। ਆਪੇ ਸਿਰ ਧੰਦੇ ਮਾਰ ਦੂਜੇ ਪਾਏ ਸੁੱਤੇ ਕਬੇ ਨਾ ਜਾਗੈ ਮਾਇਆ ਮੂਹ ਪਿਆਰ ਨਾਮ ਨਾ ਚੀਤੇ ਸ਼ਬਦ ਨਾ ਵਿਚਾਰੇ ਇਹ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਵਾਰ ਪੰਨਾ ਪੰਡ 508 ਅਤੇ 9 ਅਰਥ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੂਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਉਹ ਇਸ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੌਖਲਾ ਤੇ ਕਲੇਸ਼ ਰਹਿੰਦਾ ਹੈ ਉਹਨਾਂ ਨੇ ਦੁਨੀਆ ਦੇ ਝਮੇਲਿਆਂ ਦਾ ਇਹ ਖਪਣਾ ਖਪਾਉਣਾ ਆਪਣੇ ਸਿਰ ਉੱਤੇ ਆਪ ਸਹਿੜਿਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਵੀ ਗੁਰੂ ਸ਼ਬਦ ਨਹੀਂ ਵਿਚਾਰਦੇ ਗੁਰੂਦੇਵ ਜੀ ਦਾ ਫਰਮਾਨ ਹੈ ਕਿ ਅਜਿਹੇ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਜੰਮ ਉਹਨਾਂ ਨੂੰ ਮਾਰ ਕੇ ਖੁਆਰ ਕਰਦਾ ਹੈ ਮੌਤ ਦੇ ਹੱਥੋਂ ਉਹ ਸਦਾ ਸਹਿਮੇ ਹੀ ਰਹਿੰਦੇ ਹਨ ਸਦਾ ਆਤਮਿਕ ਮੌਤ ਮਰੇ ਹੀ ਰਹਿੰਦੇ ਹਨ ਜੋਗੀ ਗ੍ਰਹੀ ਪੰਡਿਤ ਪੇਖਧਾਰੀ ਇਸ ਉਤੇ ਆਪਣੇ ਅਹੰਕਾਰੀ ਮਾਇਆ ਮਤ ਮਤਾ ਰਹਿਿਆ ਸੋਏ ਜਾਗਤ ਰਹੇ ਨਾ ਮੂਸੇ ਕੋਏ ਪੰਨਾ 1128 ਅਰਥ ਜੀਵ ਮਾਇਆ ਦੇ ਮੋਹ ਦੇ ਨਸ਼ੇ ਵਿੱਚ ਮਸਤ ਹੋ ਕੇ ਪ੍ਰਭੂ ਦੀ ਯਾਦ ਵੱਲੋਂ ਗਾਫਲ ਹੋਇਆ ਰਹਿੰਦਾ ਹੈ ਇਸ ਦੇ ਆਤਮਕ ਜੀਵਨ ਦੀ ਰਾਸ ਪੂੰਜੀ ਨੂੰ ਕਾਮਾਦਕ ਲੁੱਟਦੇ ਰਹਿੰਦੇ ਹਨ ਪਰ ਜਿਹੜਾ ਮਨੁੱਖ ਪ੍ਰਭੂ ਦੀ ਯਾਦ ਦੀ ਬਰਕਤ ਨਾਲ ਸੁਚੇਤ ਰਹਿੰਦਾ ਹੈ ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ ਰਹਾ ਇਹ ਭਾਈ ਜੋਗੀ ਗ੍ਰਿਸ਼ਤੀ ਪੰਡਤ ਭੇਖਾਂ ਦੇ ਸਾਧੂ ਇਹ ਸਾਰੇ ਆਪੋ ਆਪਣੇ ਕਿਸੇ ਹੰਕਾਰ ਵਿੱਚ ਪੈ ਕੇ ਪ੍ਰਭੂ ਦੀ ਯਾਦ ਵੱਲੋਂ ਅਵੇਸਲੇ ਹੋਏ ਰਹਿੰਦੇ ਹਨ ਮਨਮੁਖ ਹਉਮੈ ਮਾਇਆ ਸੂਤੇ ਆਪਣਾ ਘਰਨਾ ਸੰਭਾਲੇ ਅੰਤ ਬਿਗੂਤੇ ਪਰ ਨਿੰਦਾ ਕਰੇ ਬਹੁਤ ਚਿੰਤਾ ਜਲ ਹੈ ਦੁਖੇ ਦੁਖ ਨਿਵਾਸੀ ਹੈ ਪੰਨਾ 1049 ਅਰਥ ਮਨ ਦੇ ਮਰੀਪ ਆਪ ਹੁਦਰੇ ਮਨੁੱਖ ਹਉਮੈ ਵਿੱਚ ਮਾਇਆ ਦੇ ਮੋਹ ਵਿੱਚ ਸਹੀ ਜੀਵਨ ਵੱਲੋਂ ਗਾਫਲ ਹੋਏ ਰਹਿੰਦੇ ਹਨ ਵਿਕਾਰਾਂ ਵੱਲੋਂ ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ ਘਰਨੀ ਬਚਾਉਂਦੇ ਆਖਰ ਖੁਵਾਰ ਹੁੰਦੇ ਹਨ ਅਜਿਹੇ ਮਨੁੱਖ ਦੂਜਿਆਂ ਦੀ ਨਿੰਦਾ ਕਰਦੇ ਹਨ ਆਪਣੇ ਅੰਦਰ ਦੀ ਚਿੰਤਾ ਉਹਨਾਂ ਨੂੰ ਬਹੁਤ ਸਾੜਦੀ ਰਹਿੰਦੀ ਹੈ ਉਹ ਸਦਾ ਦੁੱਖਾਂ ਵਿੱਚ ਹੀ ਪਏ ਰਹਿੰਦੇ ਹਨ ਵਿਕਾਰ ਮਾਇਆ ਮਾਤ ਸੋयो ਸੋਜ ਭੂਜਨਾ ਆਵੇ ਫਕਰ ਕੇਸ ਜੰਮ ਉਠਾਰਿਓ ਤਦ ਹੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਿੱਤ ਬਿਤ ਚਿੱਤ ਦੁਖਾਈ ਖਿੰਨ ਭੰਗ ਨਾ ਕੈ ਮਾਨ ਮਾਤੇ ਅਸੁਰ ਜਾਣੇ ਨਹੀਂ ਪੰਨਾ 408 ਅਰਥ ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿੱਚ ਲੱਗੇ ਹੋਇਆ ਪਰਾਇਆ ਧਨ ਚੁਰਾ ਕੇ ਦੂਜਿਆਂ ਦੇ ਦਿਲ ਦਿਖਾਉਣੇ ਹਨ ਪਲ ਵਿੱਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿੱਚ ਨਰਦਈ ਮਨੁੱਖ ਸਮਝਦੇ ਹਨ ਕਿ ਇਹ ਗਲਤ ਜੀਵਨ ਰਾਹ ਹੈ ਵਿਕਾਰੀ ਬਣਿਆ ਮਨੁੱਖ ਮਾਇਆ ਦੇ ਨਸ਼ੇ ਵਿੱਚ ਸੋਤਾ ਰਹਿੰਦਾ ਹੈ ਇਸ ਨੂੰ ਸਹੀ ਜੀਵਨ ਰਾਹ ਦੀ ਅਕਲ ਨਹੀਂ ਆਉਂਦੀ ਜਦੋਂ ਅੰਤ ਵੇਲੇ ਜਮਾ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ ਜਦੋਂ ਮੌਤ ਸਿਰ ਤੇ ਆ ਪਹੁੰਚੀ ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ ਕਿ ਸਾਰੀ ਉਮਰ ਕੁਰਾਈ ਪਿਆਰਿਆ ਗੁਰਦੇਵ ਜੀ ਦਾ ਮਿੱਠਾ ਅਤੇ ਨਿਆਰਾ ਸਮਝਾਉਣ ਟੰਗ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੂਨੀ ਦੂਤਾ ਲਾਈ ਪੰਨਾ 745 ਅਰਥ ਮੈਨੂੰ ਕਿਉਂ ਲਾਪਰਵਾਹੀ ਦੀ ਨੀਂਦ ਆ ਗਈ ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ ਅਫਸੋਸ ਇਹਨਾਂ ਕਮਾਦਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨਮੋਹਣ ਵਾਲੀ ਮਾਇਆ ਚੰਬੇੜ ਦਿੱਤੀ ਜਾਗ ਲੈ ਰੇ ਮਨਾ ਜਾਗ ਲੈ ਕੰਕਾ ਫੁੱਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਪੰਨਾ 726 ਅਰਥ ਏ ਮਨ ਹੋਸ਼ ਕਰ ਹੋਸ਼ ਕਰ ਤੂੰ ਕਿਉਂ ਮਾਇਆ ਦੇ ਮੋਹ ਵਿੱਚ ਬੇਪਰਵਾਹ ਹੋ ਕੇ ਸੌਂ ਰਿਆ ਵੇਖ ਜਿਹੜਾ ਇਹ ਸਰੀਰ ਮਨੁੱਖ ਦੇ ਨਾਲ ਹੀ ਪੈਦਾ ਹੁੰਦਾ ਹੈ ਇਹ ਵੀ ਆਖਰ ਨਾਲ ਨਹੀਂ ਜਾਂਦਾ ਰਹਾ ਰੇ ਜਾਨਾ ਉਥਾਰੇ ਦੱਬਿਓ ਸੁੱਤੀਆਂ ਗਈ ਵਿਹਾਏ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨ ਉਪਦੇਉ ਚਾਓ ਪੰਨਾ 651 ਅਰਥ ਮੋਹ ਰੂਪ ਉਥਾਰੇ ਦੇ ਦੱਬੇ ਹੋਏ ਹੈ ਜੀਵ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ ਸਤਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਇਹ ਨਾਹੀਂ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਪੁਜਿਆ ਹੈ ਜਾਗਤ ਸੂਤਾ ਪਰਮ ਬਿਗੂਤਾ ਬੇਨ ਗੁਰ ਮੁਕਤ ਨਾ ਹੋਇ ਯਹਿ ਮੀਤਾ ਸਾਧ ਸੰਗ ਟੁੱਟੇ ਹੋ ਬੰਦਨਾ ਇੱਕੋ ਇੱਕ ਨਿਹਾਲੀ ਹੈ ਪੰਨਾ 1019 ਅਰਥ ਜਿਹੜਾ ਮਨੁੱਖ ਹਉਮੇ ਦੇ ਬੰਦਨਾਂ ਨਾਲ ਭੱਜਾ ਪਿਆ ਹੈ ਉਹ ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿੱਚ ਪੈ ਕੇ ਖੁਆਰ ਹੁੰਦਾ ਹੈ ਇਹ ਮਿੱਤਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹਨਾਂ ਬੰਦਨਾਂ ਤੋਂ ਖਲਾਸੀ ਨਹੀਂ ਹੁੰਦੀ ਜਿਸ ਮਨੁੱਖ ਦੇ ਹਉਮੇ ਦੇ ਬੰਧਨ ਗੁਰੂ ਦੀ ਸੰਗਤ ਵਿੱਚ ਟਿਕ ਕੇ ਟੁੱਟ ਜਾਂਦੇ ਹਨ ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ। ਭਾਗ ਪੰਜਵਾਂ ਜਾਗਰਤ ਅਵਸਥਾ। ਪੰਚ ਸੰਗ ਗੁਰ ਤੇ ਛੁੱਟੇ ਤੋਗ ਅਰ ਰਾਗੋ ਹਿਰਦੇ ਪ੍ਰਗਾਸ ਪ੍ਰਗਟ ਪਿਆ ਨਿਸ ਬਾਸਰ ਜਾਗੋ। ਪੰਨਾ 808 ਅਰਥ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕਾਮ ਆਦਿਕ ਪੰਜਾਂ ਦਾ ਸਾਥ ਮੁੱਕ ਗਿਆ ਹੈ। ਮੇਰੇ ਅੰਦਰੋਂ ਦਵੇਖ ਅਤੇ ਮੋਹ ਦੂਰ ਹੋ ਗਿਆ। ਮੇਰੇ ਹਿਰਦੇ ਵਿੱਚ ਸਹੀ ਜੀਵਨ ਦਾ ਚਾਨਣ ਹੋ ਗਿਆ ਹੈ ਹੁਣ ਮੈਂ ਕਾਮਾਦਕ ਦੇ ਹੱਲੇ ਵੱਲੋਂ ਰਾਤ ਦਿਨ ਸੁਚੇਤ ਰਹਿੰਦਾ ਗੁਰਮੁਖ ਜਾਗ ਰਹਿ ਚੁਕੀ ਅਭਮਾਨੀ RAM ਆਂਧਨਪੂਰ ਭਇਆ ਸਾਚ ਸਮਾਨੀ RAM ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਬ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਗੁਰਮੁਖ ਧਰਮ ਬੁਲਾਣੀ ਨਾਨਕ ਭੋਰ ਭਇਆ ਮਨ ਮਾਨਿਆ ਜਾਗਤ ਰਹਿਣ ਵਿਹਾਣੀ ਪੰਨਾ 1111 ਅਰਥ ਗੁਰੂ ਦੀ ਮਾਤ ਤੋਂ ਅਨਸਾਰ ਚੱਨਣ ਵਾਲੇ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ ਉਹਨਾਂ ਦੇ ਅੰਦਰ ਹਰ ਬਿੜੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ ਉਹਨਾਂ ਦੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਟਿਕੀ ਰਹਿੰਦੀ ਹੈ ਗੁਰਮੁਖਾਂ ਦੀ ਸੁਰਤ ਪਰਮਾਤਮਾ ਵਿੱਚ ਲੀਨ ਰਹਿੰਦੀ ਹੈ ਅਤੇ ਇਹ ਦਸ਼ਾ ਉਹਨਾਂ ਨੂੰ ਪਿਆਰੀ ਹੈ ਗੁਰੂ ਦੇ ਕਹਿ ਵਿੱਚ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ ਗੁਰੂ ਨੇ ਉਹਨਾਂ ਨੂੰ ਆਤਮਿਕ ਸ਼ਾਂਤੀ ਦੇਣ ਵਾਲਾ ਸਦਾ ਸਿਰ ਹਰਨਾਮ ਬਖਸ਼ਿਆ ਹੁੰਦਾ ਹੈ ਉਹਨਾਂ ਦੀ ਲਿਬ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੀ ਜੋਤ ਦਾ ਚਾਨਣਾ ਹੋ ਜਾਂਦਾ ਹੈ ਉਹ ਹਰੇਕ ਜੀਵ ਵਿੱਚ ਉਸੇ ਰੱਬੀ ਜੋਤ ਨੂੰ ਵਸਤੀ ਸਮਝਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਭਟਕਣਾ ਦੇ ਕਾਰਨ ਕੁਰਾਏ ਪਈ ਰਹਿੰਦੇ ਗੁਰਦੇਵ ਜੀ ਦਾ ਫਰਮਾਨ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ ਉਹਨਾਂ ਦਾ ਮਨ ਉਸ ਚਾਨਣ ਵਿੱਚ ਪਰਚਿਆ ਰਹਿੰਦਾ ਹੈ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ ਰਾਤ ਬੀਤਦੀ ਹੈ ਜੁਗਾ ਜੁਗੰਤਰ ਹੇ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਪੰਨਾ 1143 ਅਤੇ 44 ਅਰਥ ਜੋ ਕੋਈ ਵੀ ਹੋਵੇ ਹਰੇਕ ਯੁਗ ਵਿੱਚ ਪਰਮਾਤਮਾ ਦਾ ਸਿਮਰਨ ਹੀ ਆਤਮਕ ਜੀਵਨ ਜਿਉਣ ਦੀ ਸਹੀ ਵਿਚਾਰ ਹੈ ਇਹ ਨਾਮ ਸਿਮਰਨ ਹੀ ਜੀਵਨ ਯੁਗਤ ਦਾ ਤਤ ਹੈ ਨਿਚੋੜ ਹੈ ਪਰ ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਵੱਲ ਲਾ ਲੈਂਦਾ ਹੈ ਉਹੀ ਲੱਗਦਾ ਹੈ ਉਹੀ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਵਿੱਚ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ਹੁਣ ਕੇ ਸੰਗ ਮੋਹ ਪ੍ਰਭ ਚਿਤਾਵੇ ਸੰਤ ਪ੍ਰਸਾਦ ਮੋ ਜਾਗੀ ਸੋਨੋ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਅਰੰਗ ਰਾਗੀ ਪੰਨਾ 1267 ਅਰਥ ਪ੍ਰਭੂ ਦੇ ਪ੍ਰੀਤ ਬਾਣ ਉਹਨਾਂ ਭਗਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮੇਰੇ ਚਿੱਤ ਵਿੱਚ ਪਰਮਾਤਮਾ ਆਵਸਥਾ ਹੈ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਆ ਗਈ ਹੈ ਉਹਨਾਂ ਦਾ ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਮਨੁੱਖ ਪ੍ਰਭੂ ਦੇ ਗੁਣ ਗਾਉਣ ਲੱਗ ਪੈਂਦੇ ਹਨ ਮੋਹ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੁਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਪੰਨਾ 1301 ਭਾਗ ਛੇਮਾ ਸੁਭਾਗੀ ਨੀਂਦ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾਂ ਤੁਜ ਕਨ ਪਿਆਰੇ ਭੇਜ ਨ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸ਼ਹਿ ਦੇਖਾਂ ਸੋਏ ਪੰਨਾ 558 ਅਰਥ हे ਪ੍ਰਭੂ ਪਤੀ ਮੈਨੂੰ ਤੂੰ ਸੁਪਨੇ ਵਿੱਚ ਮਿਲਿਆ ਸਪਨਾ ਮੁੱਕਿਆ ਤੇ ਤੂੰ ਫੇਰ ਚਲਾ ਗਿਆ ਵਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਪਰਕੇ ਰੋਈ ਏ ਪਿਆਰੇ ਮੈਂ ਨਿਮਾਣੀ ਤੇਰੇ ਪਾਸ ਆਪੜ ਨਹੀਂ ਸਕਦੀ ਮੈਂ ਗਰੀਬ ਕਿਸੇ ਨੂੰ ਤੇਰੇ ਕੋਲ ਕੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਏ ਭਾਗਾਂ ਵਾਲੀ ਸੋਹਣੀ ਨੀਂਦ ਤੂੰ ਹੀ ਮੇਰੇ ਕੋਲ ਆ ਸ਼ਾਇਦ ਤੇਰੀ ਰਾਹੀ ਮੈਂ ਆਪਣੇ ਖਸਮ ਪ੍ਰਭੂ ਦਾ ਦਿਦਾਰ ਕਰ ਸਕਾਂ ਇਥੇ ਉਚੇਚੇ ਤੌਰ ਤੇ ਸੁਭਾਗੀ ਨੀਂਦ ਦੇ ਦਰਸ਼ਨ ਹਨ ਪੂਰਾ ਗੁਰੂ ਸ਼ਬਦ ਬਿਰਹਾ ਦੇ ਲੇਖ ਵਿੱਚ ਲਿਖਿਆ ਗਿਆ ਹੈ ਕਬ ਦੇਖੂੰ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ ਪੰਨਾ 816 ਅਰਥ ਮੈਨੂੰ ਹਰ ਵੇਲੇ ਇਹ ਤਾੰਗ ਰਹਿੰਦੀ ਹੈ ਕਿ ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਦੇਖ ਸਕਾਂਗਾ ਜੇ ਰਾਤ ਨੂੰ ਸੁੱਤੇ ਪਿਆ ਸੁਪਨੇ ਵਿੱਚ ਹੀ ਪਰਬੂ ਦੇ ਨਾਲ ਵਸ ਸਕੀਏ ਤਾਂ ਇਸ ਜਾਗਦੇ ਰਹਿਣ ਨਾਲੋਂ ਸੁੱਤੇ ਪਿਆ ਆਉਣ ਵਾਲਾ ਸੁਪਨਾ ਹੀ ਚੰਗਾ ਹੈ ਸਖੀ ਨਾਲ ਵਸਾਂ ਆਪਣੇ ਸਹਿ ਪਿਆਰੇ ਮੇਰਾ ਮਨ ਤਨ ਹਰ ਰੰਗ ਹਿੱਲਿਆ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਫਿਰ ਮਿਲਿਆ ਭ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿលਿਆ ਵਰ ਪਾਇਆ ਪ੍ਰਭ ਅੰਤਰਜਾਮੀ ਨਾਨਕ ਸੁਹਾਗ ਨ ਟਲਿਆ ਪੰਨਾ 249 ਅਰਥ हे सहेलियें ਸਾਧ ਸੰਗਤ ਦੀ ਬਰਕਤ ਨਾਲ ਹੁਣ ਮੈਂ ਸਦਾ ਆਪਣੇ ਖਸਮ ਪ੍ਰਭੂ ਨਾਲ ਵਸਦੀ ਹਾਂ ਮੇਰਾ ਮਨ ਉਸ ਹਰੀ ਨਾਲ ਗਿਝ ਗਿਆ ਹੈ ਮੇਰਾ ਤਨ ਹਿਰਦਾ ਉਸ ਹਰੀ ਨਾਲ ਇੱਕਮਿਕ ਹੋ ਗਿਆ ਹੈ हे सहेलियें ਸੁਣ ਹੁਣ ਮੈਨੂੰ ਨੀਂਦ ਵੀ ਪਿਆਰੀ ਲੱਗਦੀ ਹੈ ਕਿਉਂਕਿ ਸੁਪਨੇ ਵਿੱਚ ਵੀ ਮੈਨੂੰ ਆਪਣਾ ਪਿਆਰਾ ਪਤੀ ਪਰਮੇਸ਼ਰ ਮਿਲ ਪੈਂਦਾ ਹੈ ਉਸ ਮਾਲਕ ਨੇ ਮੇਰੀ ਪਟਕਣਾ ਦੂਰ ਕਰ ਦिती ਹੈ ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ ਮੈਂ ਆਤਮਿਕ ਸ਼ਾਂਤੀ ਵਿੱਚ ਟਿਕੇ ਰਹਿੰਦੀ ਹਾਂ ਮੇਰੇ ਅੰਦਰ ਉਸ ਦੀ ਜੋਤ ਦਾ ਚਾਨਣ ਹੋ ਗਿਆ ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ ਫਿਰ ਖਿੜ ਪੈਂਦਾ ਹੈ ਤਵੇਂ ਉਸ ਦੀ ਜੋਤ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ ਗੁਰੂ ਦੀ ਮਿਹਰ ਨਾਲ ਮੈਂ ਅੰਤਰਜਾਮੀ ਪ੍ਰਭੂ ਖਸਮ ਲੱਭ ਲਿਆ ਹੈ ਤੇ ਮੇਰੇ ਸਿਰ ਦਾ ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲ ਸਾਂ ਸੁੱਤੜੀ ਸੋ ਛਹਿ ਡੇਠ ਤੈ ਸੁਪਨੇ ਹੋਂ ਖੰਨੀਏ ਅੰਨਾ 1100 ਅਰਥ ਸੁੱਤੀ ਹੋਈ ਨੇ ਮੈਂ ਉਸ ਖਸਮ ਪ੍ਰਭ ਨੂੰ ਸੁਪਨੇ ਵਿੱਚ ਵੇਖਿਆ ਸੱਜਣ ਦਾ ਮੂੰਹ ਬਹੁਤ ਹੀ ਸੋਹਣਾ ਲੱਗਾ ਇਹ ਸੁਪਨੇ ਮੈਂ ਤੈਥੋਂ ਸਦਕੇ ਜਾਂਦੀ ਹਾਂ ਹੁਣ ਮੇਰੀ ਤਾਂਘ ਹੈ ਕਿ ਮੈਂ ਅੱਠੇ ਪੈਰ ਸੱਜਣ ਦਾ ਮੂੰਹ ਵੇਖਦੀ ਰਹਾ ਸੁੱਤੜੇ ਸੁਖੀ ਸਵਾਨ ਜੋ ਰੱਤੇ ਛਹਿ ਆਪਣੇ ਪ੍ਰੇਮ ਵਿਸ਼ੁਹਾ ਧਣੀ ਸਿਓ ਅਠੇ ਪਹਿਲਵੰ ਪੰਨਾ 1425 ਅਰਥ ਹੈ ਭਾਈ ਜਿਹੜੇ ਮਨੁੱਖ ਆਪਣੇ ਖਸਮ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਪ੍ਰੇਮ ਲਗਨ ਵਿੱਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਤੀਤ ਕਰਦੇ ਹਨ ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ ਉਹ ਮਾਇਆ ਦੀ ਖਾਤਰ ਅਠੇ ਪਹਿਰ ਕਾਮ ਆਂਗ ਲੋਂ ਲੋਂ ਕਰਦੇ ਰਹਿੰਦੇ ਹਨ ਭਾਗ 7 ਨੀਂਦ ਅਤੇ ਪ੍ਰਭੂ ਦੀ ਯਾਦ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਅਨਨ 901 ਅਰਥ ਇਹ ਭਾਈ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ ਤੇ ਨਾਮ ਵਿੱਚ ਲੀਨਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹੈ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਦੇ ਹੁਕਮ ਅਨੁਸਾਰ ਜੀਵਨ ਅਜੁਗਤ ਢਾਲ ਲੈਣ ਨਾਲ ਜਦੋਂ ਪ੍ਰਭੂ ਦੀਆਂ ਵਡਿਆਈਆਂ ਨਾਲ ਹਿਰਦੇ ਵਿੱਚ ਪਿਆਰ ਬਣ ਜਾਂਦਾ ਹੈ ਤਾਂ ਨੀਂਦ ਵਿੱਚ ਵੀ ਪ੍ਰਭੂ ਦੀ ਯਾਦ ਨਹੀਂ ਵਿਸਰਦੀ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨ੍ਹਾਂ ਸਾਹ ਸਕੇ ਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਦਾਨ ਕਰਮੀ ਸਤਗੁਰ ਪਾਈਐ ਆਨ ਦਿਨ ਲਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਸੌਂਦੇ ਵਾਹ ਵਾਹ ਉਚਰੇ ਉਠਦੇ ਵੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨੇਤ ਉਠ ਸਮਾਲੇ ਅੰਨਾ 1312 ਅਤੇ 13 ਅਰਥ ਸੌਣਾ ਕੀ ਤੇ ਜਾਗਣਾ ਕੀ ਜੋ ਮਨੁੱਖ ਸਤਿਗੁਰ ਦੇ ਸਾਨਮੁਖ ਹਨ ਭਾਵ ਜੋ ਗੁਰੂ ਦੇ ਹੁਕਮ ਵਿੱਚ ਵਿਚਰਦੇ ਹਨ ਉਹਨਾਂ ਲਈ ਇਹ ਦੋਵੇਂ ਹਾਲ ਤਾਂ ਇੱਕੋ ਜਿਹੇ ਹਨ ਕਿ ਉਹਨਾਂ ਨੂੰ ਪ੍ਰਭੂ ਇੱਕ ਦੰਬੀ ਨਹੀਂ ਵਿਸਰਦਾ ਤੇ ਉਹ ਮਨੁੱਖ ਸਰਬਗੁਣ ਸੰਪੂਰਨ ਅਤੇ ਉਤਮ ਹੁੰਦੇ ਹਨ ਭਾਵ ਸੋਤੇ ਹੋਏ ਵੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਵੀ ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦੇਖਦੇ ਹਨ ਪਰ ਉਹ ਸਦਾ ਨਾਮ ਵਿੱਚ ਲੀਨ ਰਹਿੰਦੇ ਹਨ ਪ੍ਰਭੂ ਦੀ ਮਿਹਰ ਨਾਲ ਸਤਿਗੁਰੂ ਗ੍ਰੰਥ ਸਾਹਿਬ ਦੀ ਨੇੜਤਾ ਮਿਲਦੀ ਹੈ ਤੇ ਹਰ ਵੇਲੇ ਸੁੱਤਿਆਂ ਤੇ ਜਾਗਦਿਆਂ ਗੁਰੂ ਦੀ ਮਿਹਰ ਨਾਲ ਹੀ ਜੀਵ ਦਾ ਧਿਆਨ ਨਾਮ ਵਿੱਚ ਜੁੜਿਆ ਰਹਿੰਦਾ ਹੈ ਚਿੱਤ ਲੋਚਦਾ ਹੈ ਮੈਂ ਵੀ ਉਹਨਾਂ ਦੀ ਸੰਗਤ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਵਾਂ ਸਤਿਗੁਰੂ ਦੇ ਸਾਹਮਣੇ ਹੋਏ ਵਡਭਾਗੀ ਜਿਉੜੇ ਸੌਣ ਲੱਗੇ ਵੀ ਸਿੱਤ ਸਲਾਹ ਕਰਦੇ ਹਨ ਤੇ ਉਠਣ ਵੇਲੇ ਵੀ ਗੁਰਦੇਵ ਜੀ ਫਰਮਾਉਂਦੇ ਹਨ ਕਿ ਅਜਿਹੇ ਮਨੁੱਖਾਂ ਦੇ ਮੂੰਹ ਉਜਲੇ ਹਨ ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ਕਾਹੇ ਏਕ ਬਿਨਾ ਚਿਤ ਲਾਇਏ ਹੂਠਤ ਬੈਠਤ ਸੋਬਤ ਜਾਗਤ ਸਦਾ ਸਦਾ ਹਰ ਧਿਆਈ ਹੈ ਪੰਨਾ 379 ਅਰਥ ਇੱਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿੱਚ ਪ੍ਰੀਤ ਨਹੀਂ ਜੋੜਨੀ ਚਾਹੀਦੀ ਉਠਦੇ ਆਂ ਬੈਠਦੇ ਆਂ ਸੁੱਤਿਆਂ ਜਾਗਦੇ ਆਂ ਸਦਾ ਹੀ ਪਰਮਾਤਮਾ ਵਿੱਚ ਹੀ ਸੁਰਤ ਜੋੜੀ ਰੱਖਣੀ ਚਾਹੀਦੀ ਹੈ ਮਹਾ ਕਿਲਵਿਕ ਕੋਟ ਦੋਖ ਰੋਗ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਬਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਪੰਨਾ 530 ਅਰਥ ਹੈ ਪ੍ਰਭੂ ਜੀਵਾਂ ਦੇ ਕੀਤੇ ਹੋਏ ਵੱਡੇ ਵੱਡੇ ਪਾਪ ਕਰੋੜਾ ਐਬ ਤੇ ਰੋਗ ਤੇਰੀ ਮਿਹਰ ਦੀ ਨਗਾ ਨਾਲ ਨਾਸ਼ ਹੋ ਜਾਂਦੇ ਆਂ ਗੁਰੂ ਜੀ ਦਾ ਫਰਮਾਨ ਹੈ ਜਿਹੜੇ ਮਨੁੱਖ ਗੁਰੂ ਦੀ ਚਰਨੀ ਆਪੈਂਦੇ ਹਨ ਚਰਨੀ ਪੈਣ ਤੋਂ ਭਾਵ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਂਦੇ ਹਨ ਆਪਣੀ ਮਤ ਦਾ ਹੰਕਾਰ ਤਿਆ ਕੇ ਗੁਰੂ ਦੇ ਹੁਕਮ ਵਿੱਚ ਚੱਲਣਾ ਆਪਣੇ ਜੀਵਨ ਦਾ ਮੰਤਨ ਬਣਾ ਲੈਂਦੇ ਹਨ ਉਹ ਫਿਰ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿੱਧ ਸਲਾਹ ਦਾ ਗੀਤ ਗਾਉਂਦੇ ਰਹਿੰਦੇ ਹਨ ਭਾ ਪ੍ਰਭੂ ਦੀ ਯਾਦ ਉਹਨਾਂ ਦੇ ਰੋਮ ਰੋਮ ਵਿੱਚ ਸਮਾ ਜਾਂਦੀ ਹੈ ਚਲਤ ਬੈਸਤ ਸੋਬਤ ਜਾਗਤ ਗੁਰ ਮੰਤਰ ਰਿਧੇ ਚਤਾਰ ਚਰਨ ਸ਼ਰਨ ਭਜ ਸੰਗ ਸਾਧੂ ਭਵ ਸਾਗਰ ਉਤਰੇ ਪਾਰ ਪੰਨਾ 1006 ਅਰਥ ਇਹ ਭਾਈ ਦੁਰਦਿਆਂ ਫਿਰਦਿਆਂ ਬੈਠਦਿਆਂ ਸੁੱਤਿਆਂ ਪਿਆ ਜਾਗਦਿਆਂ ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਚੇਤੇ ਰੱਖ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਇਸ ਤਰ੍ਹਾਂ ਤੂੰ ਸੰਸਾਰ ਸੁਨੰਦਰ ਤੋਂ ਪਾਰ ਲੰਘ ਜਾਏਗਾ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਭਤੇ ਹਰ 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 ਚੇਤ ਰਹਾਉ ਪੰਨਾ 810 ਬਿਰਹਾ ਨੀਰ ਪੇਰ ਹਤਿਆੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰੋਂ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਾਵੈ ਕਿਵੇਂ ਹਰ ਸੱਜਣ ਲੱਧਾ ਮੇਰੇ ਪਿਆਰੇ ਨਾਨਕ ਗੁਰੂ ਲਵੈ ਪੰਨਾ 452 ਅਰਥ ਹੇ ਮੇਰੇ ਪਿਆਰੇ ਮੇਰੀਆਂ ਅੱਖਾਂ ਪ੍ਰਭੂ ਪਤੀ ਦੇ ਦਰਸ਼ਨ ਵਿੱਚ ਮਸਤ ਹਨ ਜਿਵੇਂ ਪਪੀਹਾ ਸਮਾਂਤੀ ਵਰਖਾ ਦੀ ਬੂੰਦ ਲਈ ਤਾਂਗਦਾ ਹੈ ਹੇ ਮੇਰੇ ਪਿਆਰੇ ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ ਜਲ ਦੀ ਬੂੰਦ ਪੀਂਦਾ ਹੈ ਤਾਂ ਠੰਡਾ ਠਾਰ ਹੋ ਜਾਂਦਾ ਹੈ ਹੇ ਮੇਰੇ ਪਿਆਰੇ ਮੇਰੇ ਸਰੀਰ ਵਿੱਚ ਉਪਜਿਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ ਕਿਸੇ ਤਰ੍ਹਾਂ ਵੀ ਨੀਂਦ ਨਹੀਂ ਆਉਂਦੀ ਗੁਰਦੇਵ ਜੀ ਦਾ ਫੁਰਮਾਨ ਏ ਮੇਰੇ ਪਿਆਰੇ ਗੁਰੂ ਦੀ ਬਖਸ਼ੀ ਲਗਨ ਦੀ ਬਰਕਤ ਨਾਲ ਮੈਂ ਸੱਜਣ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਹੈ ਨਿਸ ਬਸ ਪ੍ਰੇ ਪ੍ਰੇ ਮੁਖ ਟੇਰੋਂ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਰ ਸਭੇ ਵਿਖ ਲਾਗਿਓ ਪੰਨਾ 1203 ਅਰਥ ਰਾਤ ਦਿਨ ਮੈਂ ਆਪਣੇ ਮਹੁ ਹੇ ਪਿਆਰੇ ਹੇ ਪਿਆਰੇ ਬੋਲਦੀ ਰਹਿੰਦੀ ਹਾਂ ਮੈਨੂੰ ਇੱਕ ਪਲ ਵੀ ਨੀਂਦ ਨਹੀਂ ਆਉਂਦੀ ਸਦਾ ਜਾਗ ਕੇ ਸਮਾਂ ਗੁਜ਼ਾਰ ਰਹੀ ਹਾਂ ਇਹ ਵੀਰ ਹਾਰ ਕਜਲ ਕੱਪੜੇ ਅਨੇਕਾਂ ਗੈਣੇ ਇਹ ਸਾਰੇ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਦਿਸ ਰਹੇ ਹਨ ਸੁਪਨਾ ਪ੍ਰਭੂ ਦੀ ਸਦੀਵੀ yaad ਜਦ ਬਿਰਹ ਦਾ ਰੂਪ ਧਾਰ ਲਵੇ ਤਾਂ ਸੁਪਨਿਆਂ ਵਿੱਚ ਪ੍ਰਭੂ ਪ੍ਰਕਾਸ਼ ਤੇ ਕਈ ਤਰ੍ਹਾਂ ਨਾਲ ਪ੍ਰਤੱਖ ਦਰਸ਼ਨ ਹੋਣੇ ਆਰੰਭ ਹੋ ਜਾਂਦੇ ਹਨ ਅਤੇ ਫਿਰ ਜਾਗਰਤ ਅਵਸਥਾ ਨਾਲੋਂ ਸੁਪਨਾਵਸਥਾ ਚੰਗੀ ਲੱਗਣ ਲੱਗ ਪੈਂਦੀ ਹੈ ਜਿਉਂ ਸੁਪਨਾ ਆਰ ਦੇਖਣਾ ਐਸੇ ਜੱਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਪੰਨਾ 1427 ਅਰਥੇ ਨਾਨਕ ਆਖੇ ਭਾਈ ਜਿਵੇਂ ਸੁੱਤੇ ਪਿਆ ਸੁਪਨਾ ਆਉਂਦਾ ਹੈ ਤੇ ਉਸ ਸੁਪਨੇ ਵਿੱਚ ਕਈ ਪਦਾਰਥ ਦੇਖੀਦੇ ਹਨ ਤਵੇਂ ਇਸ ਜਗਤ ਨੂੰ ਸਮਝ ਲੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਗਤ ਵਿੱਚ ਦਿਸ ਰਹੇ ਇਹਨਾਂ ਪਦਾਰਥਾਂ ਵਿੱਚ ਕੋਈ ਵੀ ਪਦਾਰਥ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ ਸੁਪਨੇ ਉਭੀ ਭਈ ਗਹਿਓ ਕੀਨਾਂ ਚਲਾ ਸੁੰਦਰ ਪੁਰਖ ਬਿਰਾਜਤ ਵੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਚਤਨ ਬਤਾਏ ਸੁਖੀ ਸਖੀ ਪ੍ਰੇਪਾਈ ਹੈ ਪੰਨਾ 1362 ਅਰਥ ਹੈ ਸਹੇਲੀਏ ਸੁਪਨੇ ਵਿੱਚ ਪ੍ਰਭੂ ਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ ਪਰ ਮੈਂ ਉਸ ਦਾ ਪੱਲਾ ਨਾ ਫੜ ਸਕੀ ਮੈਂ ਉਸ ਦਾ ਪੱਲਾ ਕਿਉਂ ਨਾ ਫੜਿਆ ਇਸ ਵਾਸਤੇ ਨਾ ਫੜ ਸਕੀ ਕਿ ਉਹ ਸੋਹਣੇ ਦਾਗ-ਦਾਗ ਕਰਦੇ ਪ੍ਰਭੂ ਪਤੀ ਨੂੰ ਵੇਖ ਕੇ ਮੇਰਾ ਮਨ ਮੋਇਆ ਗਿਆ ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾ ਰਹੀ ਹੁਣ ਮੈਂ ਆਪਣੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ ਦੱਸੋ ਉਹ ਕਿਵੇਂ ਮਿਲੇ ਇਹ ਸਹੇਲਿਏ ਮੈਨੂੰ ਉਹ ਜਤਨ ਦਾਸ ਜਿਸ ਨਾਲ ਉਹ ਪਿਆਰਾ ਮਿਲ ਪਵੇ ਗੁਰਬਾਣੀ ਦੇ ਸਿਧਾਂਤ ਸਮਝਣ ਸਮੇਂ ਇਸ ਪੱਖ ਨੂੰ ਨਹੀਂ ਭੁੱਲਣਾ ਕਿ ਸਾਰਿਆਂ ਰੋਗਾਂ ਦਾ ਦਾਰੂ ਕੇਵਲ ਨਾਮ ਹੀ ਹੈ ਜਾਗਰ ਅਵਸਥਾ ਵਿੱਚ ਲਿਆਉਣ ਲਈ ਮਨੁੱਖ ਨੂੰ ਪ੍ਰਮਾਤਮਾ ਦੀ ਯਾਦ ਨਾਲ ਜੁੜੰਦਾ ਹੀ ਉਪਦੇਸ਼ ਹੈ ਗੁਰਦੇਵ ਜੀ ਦਾ ਫਰਮਾਨ ਹੈ ਕਿ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਣ ਵਾਲਾ ਮਨੁੱਖ ਬੁਰਾ ਨਹੀਂ ਰਹਿ ਜਾਂਦਾ ਨਿਕਟ 부ਝੈ ਸੋ ਬੁਰਾ ਕਿਉ ਕਰੇ ਪੰਨਾ 1039 ਮਨੁੱਖ ਨੇ ਨਾਮ ਦੀ ਮਹੱਤਤਾ ਨਾ ਸਮਝੀ ਅਤੇ ਪਦਾਰਥਾਂ ਵਿੱਚ ਕਰਾਮਾਤੀ ਸ਼ਕਤੀ ਹੋਣ ਦੇ ਭਰਮ ਨਾਂ ਗਵਾਇਆ ਆਪਣੇ ਪਾਪਾਂ ਦਾ ਨਾਸ਼ ਕਰਕੇ ਧਰਮੀ ਬਣ ਜਾਣ ਲਈ ਦ੍ਰਿਸ਼ਟਮਾਨ ਪਦਾਰਥਾਂ ਦਾ ਸਹਾਰਾ ਲੈਣ ਵੱਲੋਂ ਜਾਂ ਕਰਮ ਕਾਂਡੀ ਢਾਂਗ ਦੇ ਧਰਮ ਕਰਮਾ ਵੱਲੋਂ ਮਨ ਨਾ ਮੋੜਿਆ ਇਸ ਸੰਬੰਧ ਵਿੱਚ ਗੁਰਮਤਿ ਗਿਆਨ ਦੀ ਲੜੀ ਅੱਗੇ ਤੋਰਨ ਤੋਂ ਪਹਿਲਾਂ ਪਾਠਕਾਂ ਦੀ ਗੁਰਬਾਣੀ ਦੀ ਵੱਧ ਤੋਂ ਵੱਧ ਜਾਣਕਾਰੀ ਕਰਾਉਣ ਦੇ ਸੰਪਲਕ ਦੀ ਪੂਰਤੀ ਲਈ ਨੀਂਦ अथवा ਸੌਣਾ ਸ਼ਬਦ ਦੀ ਵਰਤੋਂ ਵਾਲੇ ਕੁਝ ਹੋਰ ਗੁਰੂ ਫਰਮਾਨਾਂ ਦੀ ਵਿਚਾਰ ਕਰ ਲਈਏ। ਭਾਗ 8 ਸੌਣਾ ਲਫ਼ਜ਼ ਦੀ ਅੱਡ-ਅੱਡ ਅਰਥਾਂ ਵਿੱਚ ਵਰਤੋਂ। ਪ੍ਰਭੂ ਵਿੱਚ ਲੀਨਤਾ। ਸੁਖ ਸੋਇਓ ਅਰ ਸਹਿਜ ਸਮਾਇਓ ਸਹਸਾ ਗੁਰੇ ਗਵਾਏ ਜੋ ਚਾਹਤ ਸੋਈ ਹਰਕਿਓ ਮਨ ਬਾਂਛਤ ਫਲ ਪਾਏ। ਪੰਨਾ 1204 ਅਰਥ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਆਨੰਦ ਵਿੱਚ ਲੀਨ ਰਹਿੰਦਾ ਹੈ ਅਤੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਗੁਰੂ ਉਸ ਦੇ ਸਾਰੇ ਚਿੰਤਾ ਫਿਕਰ ਦੂਰ ਕਰ ਦਿੰਦਾ ਹੈ ਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ ਉਹੀ ਕੁਝ ਉਸ ਵਾਸਤੇ ਕਰ ਦਿੰਦਾ ਹੈ ਮਨੁੱਖ ਮਨ ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ਮਾਈ ਮੋਹੇ ਪ੍ਰੀਤਮ ਦਿਹ ਬਤਾਈ ਸਗਲ ਸਹਿਲੀ ਸੁਖ ਪਰਸੂਤੀ ਜਿਹੇ ਘਰ ਲਾਲ ਬਸਾਈ ਰਹਾਓ ਪੰਨਾ 1267 ਅਰਥ ਹੈ ਮੈਨੂੰ ਵੀ ਪ੍ਰੀਤਮ ਪ੍ਰਭੂ ਮਿਲਾ ਦੇ ਸੰਤ ਜਨ ਸਹੇਲੀਆਂ ਦੇ ਹਿਰਦੇ ਘਰ ਵਿੱਚ ਸੋਣਾ ਪ੍ਰਭੂ ਆਵਸਯ ਹੈ ਤਾਂ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿੱਚ ਮਗਨ ਰਹਿੰਦੀਆਂ ਹਨ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਾਬ ਸ਼ਿੰਗਾਰ ਸਾਈ ਸੋਹਾਗਣੇ ਹਉ ਸੁੱਤੀ ਹੋਏ ਅਚਿੰਤ ਮਨੇ ਆਸ ਪੁਰਾਈਆ ਹਰ ਹਾਂ ਜਾਂਕਰ ਆਇਆ ਕੰਤ ਤਾਂ ਸਭ ਕੁਝ ਪਾਈਆ ਪੰਨਾ 1361 ਅਰਥ ਇਹ ਸਹੇਲੀਏ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂਪਤੀ ਆਵਸਤਾ ਹੈ ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ ਆਤਮਿਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉਦਮ ਉਸ ਦਾ ਸਾਰਾ ਸ਼ਿੰਗਾਰ ਉਸ ਨੂੰ ਫੱਬ ਜਾਂਦਾ ਹੈ ਉਹ ਜੀਵ ਇਸਤਰੀ ਹੀ ਖਸਮ ਵਾਲੀ ਅਖਵਾ ਸਕਦੀ ਹੈ ਇਹੋ ਜਿਹੀ ਸੁਹਾਗਣ ਦੀ ਸੰਗਤ ਵਿੱਚ ਰਹਿ ਕੇ ਮੈਂ ਵੀ ਹੁਣ ਚਿੰਤਾ ਰਹਿਤ ਹੋ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਈ ਹਾਂ ਮੇਰੇ ਮਨ ਵਿੱਚ ਮਲਾਪ ਦੀ ਪੁਰਾਣੀ ਆਸ ਪੂਰੀ ਹੋ ਗਈ ਹੈ हे ਸਹੇਲਿਏ ਜਦੋਂ ਹਿਰਦੇ ਘਰ ਵਿੱਚ ਖਸਮ ਪ੍ਰਭੂ ਆ ਜਾਂਦਾ ਹੈ ਤਦੋਂ ਹਰ ਇੱਕ ਮੰਗ ਪੂਰੀ ਹੋ ਜਾਂਦੀ ਹੈ ਚਿੰਤਾਤਾਬਤ ਰਹਿ ਗਏ ਤਾ ਹਨ ਭਇਆ ਆਨੰਦ ਗੁਰ ਪ੍ਰਸਾਦੀ ਬੂਝੀਐ ਸਾ ਤਨ ਸੁਤੀ ਨ ਚੈਂਦਾ ਜਿਨ ਕੋ ਪੂਰਬ ਲਿਖਿਆ ਤਿੰਨ ਭੇਟਿਆ ਗੁਰੂ ਗੋਬਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮ ਆਨੰਦ ਪੰਨਾ 1415 ਅਰਥ ਮਾਇਆ ਦੀ ਚਿੰਤਾ ਵਿੱਚ ਭਟਕ ਰਹੇ ਜਿਹੜੇ ਮਨੁੱਖ ਇਸ ਭਟਕਣਾ ਤੋਂ ਹਟ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਪਰ ਇਹ ਭੇਦ ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ ਜਿਹੜੀ ਜੀਵ ਇਸਤਰੀ ਇਸ ਭੇਦ ਨੂੰ ਸਮਝ ਲੈਂਦੀ ਹੈ ਉਹ ਚਿੰਤਾ ਰਹਿਤ ਅਵਸਥਾ ਵਿੱਚ ਲੀਨ ਰਹਿੰਦੀ ਹੈ ਗੁਰਦੇਵ ਜੀ ਦਾ ਫੁਰਮਾਨ ਹੈ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ ਪਰਮਾਤਮਾ ਮਿਲ ਪੈਂਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਸਭ ਤੋਂ ਉੱਚੇ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਦਾ ਮਿਲਾਪ ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ਦੇ ਛਿਦੰਦੜੀ ਊਣ ਮਜੂਣਾ ਗੁਰ ਸੱਜਣ ਜਿਉ ਧਰਾਇਆ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੰਨਾ 964 ਅਰਥ ਮੇਰਾ ਸਰੀਰ ਢੈਂਦਾ ਜਾ ਰਿਹਾ ਸੀ ਚਿੱਤ ਵਿੱਚ ਖੋ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ ਪਰ ਜਦੋਂ ਪਿਆਰੇ ਸਤਿਗੁਰ ਨੇ ਜਿੰਦ ਨੂੰ ਤਰਵਾਸ ਦਿੱਤਾ ਤਾਂ ਹੁਣ ਸਾਰੇ ਹੀ ਸੋਖ ਹੋ ਗਏ ਹਨ ਮੈਂ ਸੌਖਾ ਟਿਕਿਆ ਹੋਇਆ ਹਾਂ ਇੰਉਂ ਜਾਪਦਾ ਹੈ ਜਿਵੇਂ ਮੈਂ ਸਾਰਾ ਜਹਾਨ ਜਿੱਤ ਲਿਆ ਹੈ ਨੀਂਦ ਸੋਣਾ ਮਨ ਰੇ ਗਹਿਉ ਨਾ ਗੁਰ ਉਪਦੇਸ਼ ਕਹਾਂ ਭਇਓ ਜੋ ਮੂंड ਮੰਡਾਇਓ ਭਗਵੋ ਕੀਨੋ ਭੇਸ ਰਹਾ ਸਾਚ ਛਾੜ ਕੇ ਝੂਠੇ ਲਾਗਿਓ ਜਨਮ ਆਕਾਰਥ ਖੋਇਓ ਕਰ ਪਰ ਪੰਚ ਉਧਰ ਨਿਚ ਪੋਖਿਓ ਪਸ ਕੀ ਨਿਆਈ ਸੋਇਓ ਪੰਨਾ 633 ਅਰਥ ਮਿੱਠ ਬੋਲੜੇ ਸਤਗੁਰ ਜੀ ਕਿਸੇ ਭੇਖੀ ਨੂੰ ਸੰਬੋਧਨ ਕਰਨ ਦੀ ਥਾ ਆਪਣੇ ਮਨ ਨੂੰ ਸੰਬੋਧਨ ਕਰਕੇ ਫਰਮਾਉਂਦੇ ਹਨ ਇਹ ਮਨ ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ ਗੁਰੂ ਦਾ ਉਪਦੇਸ਼ ਭੁਲਾ ਕੇ ਜੇ ਸਿਰ ਵੀ ਮਨਾ ਲਿਆ ਤੇ ਭਗਵੇਂ ਰੰਗ ਦੇ ਕੱਪੜੇ ਪਾ ਲੇ ਤਾਮੀ ਕੀ ਬਣਿਆ ਆਤਮਕ ਜੀਵਨ ਤਾਂ ਕੁਝ ਵੀ ਨਾ ਸੋਰਿਆ ਭਗਵਾ ਭੇਖ ਤਾਂ ਧਾਰ ਲਿਆ ਪਰ ਸੱਚੇ ਪ੍ਰਭੂ ਦਾ ਨਾਮ ਛੱਡ ਕੇ ਨਾਸ਼ਮੰਤ ਪਦਾਰਥਾਂ ਵਿੱਚ ਹੀ ਸੁਰਤ ਜੋੜੀ ਰੱਖੀ ਲੋਕਾਂ ਨਾਲ ਛਲ ਕਰਕੇ ਆਪਣਾ ਪੇਟ ਪਾਲਦਾ ਰਿਹਾ ਤੇ ਪਸ਼ੂਆਂ ਵਾਂਗ ਸੁੱਤਾ ਰਿਹਾ ਸਾਜ ਗਾਇਆ ਪੱਟ ਹੰਡਾਏ ਫਰਮਾਇਸ਼ ਬਹੁਤ ਚਲਾਏ ਕਰ ਸੇਜ ਸੁਖਾਲੀ ਰੂਵੈ ਹੱਥੀ ਪੌਂਦੀ ਕਾਹ ਰੂਵੈ ਪੰਨਾ 99 ਅਰਥ ਮਨੁੱਖ ਆਪਣੇ ਸਰੀਰ ਉੱਤੇ ਰੇਸ਼ਮੀ ਕੱਪੜਾ ਆਦਿਕ ਹੰਡਾਉਂਦਾ ਹੈ ਹੁਕਮ ਦੀ ਬੇਥੇਰਾ ਚਲਾਉਂਦਾ ਹੈ ਸੋ ਖਾਲੀ ਸੇਜ ਤੇ ਸੌਣ ਦਾ ਸੁਖ ਮਾਣਦਾ ਹੈ ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਹੈ ਉਸ ਨੂੰ ਵਿਸਾਰੀ ਬੈਠਾ ਹੈ ਆਖਰ ਜਦੋਂ ਜਮਾ ਦੇ ਹੱਥ ਪੈਂਦੇ ਹਨ ਤਦੋਂ ਰੋਣ ਪਛਤਾਉਣ ਦਾ ਕੋਈ ਲਾਭ ਨਹੀਂ ਹੋ ਸਕਦਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪੰਨਾ 1254 ਅਰਥ ਨਿਰਾ ਖਾਣ ਪੀਣ ਹਸਣ ਤੇ ਸੌਣ ਦੇ ਆਹਾਰਾਂ ਵਿੱਚ ਰਹਾ ਮਨੁੱਖ ਨੂੰ ਮੌਤ ਭੁੱਲ ਜਾਂਦੀ ਹੈ ਫਿਰ ਪ੍ਰਭੂ ਪਤੀ ਨੂੰ ਵਿਸਾਰ ਕੇ ਜੀਵ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖੁਆਰੀ ਦਾ ਕਾਰਨ ਬਣਦੇ ਹੈ ਪ੍ਰਭੂ ਨੂੰ ਵਿਸਾਰ ਕੇ ਜਿਉਣਾ ਫਟਕਾਰਯੋਗ ਹੋ ਜਾਂਦਾ ਹੈ ਇੱਥੇ ਸਦਾ ਕਿਸੇ ਨੇ ਟਿੱਕੇ ਨਹੀਂ ਰਹਿਣਾ ਫਿਰ ਕਿਉਂ ਨਾ ਜੀਵਨ ਸੁਚੱਜਾ ਬਣਾਇਆ ਜਾਵੇ ਇਕ ਕੜੀ ਨਾ ਮਿਲਤੇ ਤਾਂ ਕਾਲ ਯੁੱਗ ਹੋਤਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਮੋਹਿ ਰੈਣ ਨਾ ਬਿਹਾਵੇ ਨੀਂਦ ਨਾ ਆਵੇ ਮੇਰੇ ਦੇਖੇ ਗੁਰਦੁਆਰਿ ਜੀਓ ਪੰਨਾ 96 ਅਤੇ 97 ਵਿਅਰਥ ਉਮਰ ਗੁਜ਼ਾਰ ਦਿੱਤੀ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਪੰਨਾ 156 ਏ ਮੂਰਖ ਤੂੰ ਰਾਤ ਸੌ ਕੇ guzari ja reha ਤੇ ਦਿਨ ਖਾ ਖਾ ਕੇ ਵਿਅਰਥ ਬਤਾਈ ਜਾਂਦਾ ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ ਪਰ ਸਿਮਰਨ ਹੀ ਨਾ ਕਰਕੇ ਕੌਡੀ ਦੇ ਭਾਜ ਆ ਰਿਹਾ ਹੈ ਧੰਦਾ ਤਾਪਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਇ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਦ ਡੰਡ ਨਾ ਲਾਕੇ ਕੋਈ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੰਨਾ 948 ਖਾਤ ਪੀਵਤ ਹਾਸਤ ਸੋਵਤ ਔਦ ਬਿੱਤੀ ਆਸਾਰ ਨਰਕ ਉਧਰ ਪਰਮੰਤ ਜਲ ਤੋਂ ਜਮੇ ਕੀਨੀ ਸਾਰ ਪੰਨਾ 1229 ਅਰਥ ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ ਇਸ ਤਰ੍ਹਾਂ ਮਨੁੱਖ ਦੀ ਉਮਰ ਬੇਸਮਝੀ ਵਿੱਚ ਬੀਤਦੀ ਜਾਂਦੀ ਹੈ ਨਰਕ ਸਮਾਨ ਹਰੇਕ ਜੂਨ ਵਿੱਚ ਜੀਵ ਪਟਕਦਾ ਦੁਖੀ ਹੁੰਦਾ ਹੈ ਜਮਾਂ ਦੇ ਵਸ ਪਿਆ ਰਹਿੰਦਾ ਹੈ ਸਗਲੀ ਰੈਣ ਸੋਬਤ ਗਲ ਫਾਹੀ ਦਿਨ ਸ ਜੰਜਾਲ ਗਵਾਇਆ ਖਿੰਨ ਪਲ ਘੜੀ ਨਹੀਂ ਪ੍ਰਭ ਜਾਨਿਆ ਜਿਨ ਇਹ ਜਗਤ ਉਹ ਪਾਇਆ ਅੰਨਾ 1126 ਸਦਾ ਦੀ ਨੀਂਦ ਸੌਣਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹਾਂ ਵੀ ਵੰਝਾਂ ਨੂੰਮਣੀ ਰੋਵਾ ਚੀਣੀ ਬਾਣ ਅਰਥ ਮੇਰੇ ਪਿਆਰੇ ਸੱਜਣ ਕਬਰਸਤਾਨ ਵਿੱਚ ਜਾ ਸੁੱਤੇ ਹਨ ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਨਾਲ ਰੋ ਰਹੀ ਹਾਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਵੀ ਦੁਚਿੱਤੀ ਹੋ ਕੇ ਉਧਰ ਨੂੰ ਹੀ ਚੱਲ ਪਾਵਾਂਗੀ ਕਬੀਰ ਸੁਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੌਣ ਪਸਾਰ ਪੰਨਾ 1378 ਅਰਥ ਇਹ ਕਬੀਰ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਉਮਰ ਅਜਾਈ ਗਵਾਰਿਆ ਇਸ ਮੂਹ ਨੀਂਦ ਵਿੱਚੋਂ ਹੁਸ਼ਿਆਰ ਹੋ ਕੇ ਕਿਉਂ ਪ੍ਰਮਾਤਮਾ ਦਾ ਸਿਮਰ ਨਹੀਂ ਕਰਦਾ ਇੱਕ ਦਿਨ ਅਜਿਹਾ ਬੇਬਸ ਹੋ ਕੇ ਸੌਣਾ ਪਵੇਗਾ ਕਿ ਮੁੜ ਉਠਿਆ ਹੀ ਨਹੀਂ ਜਾ ਸਕੇਗਾ ਇੱਕ ਦਿਨ ਸਦਾ ਦੀ ਨੀਂਦre ਸੌਣਾ ਪਵੇਗਾ ਪਾਸ ਦ ਮਾਮੇ ਛੱਤ ਸਿਰ ਭੇਰੀ ਢੋ ਰੱਡ ਜਾਏ ਸੁੱਤੇ ਜੀਰਾਨ ਮੇ ਥੀਏ ਅਤੀਮਾ ਗੱਡ ਪੰਨਾ 1380 ਅਰਥ ਜਿਨ੍ਹਾਂ ਲੋਕਾਂ ਕੋਲ ਤੌਂਸੇ ਵੱਜਦੇ ਸਨ ਸਿਰ ਉੱਤੇ ਛਤਰ ਝੁਲਦੇ ਸਨ ਤੂਤੀਆਂ ਵੱਜਦੀਆਂ ਸਨ ਉਸ ਸਥਿਤੀ ਦੇ ਸ਼ੰਦ ਗਾਏ ਜਾਂਦੇ ਸਨ ਭਾਵ ਰਾਜੇ ਮਹਾਰਾਜੇ ਉਹ ਵੀ ਆਖਰ ਮਸਾਲਾ ਵਿੱਚ ਜਾ ਸੁੱਤੇ ਤੇ ਜਤੀਮਾ ਨਾਲ ਜਾ ਰਲੇ ਭਾਵ ਜਤੀਮਾ ਵਰਗੇ ਹੀ ਹੋ ਗਏ ਫਰੀਦਾ ਇੱਟ ਸਹਰਾਣੇ ਭੁਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇੱਕ ਤਪਿਆਂ ਪਾਸ ਪੰਨਾ 1381 ਅਰਥ ਹੇ ਫਰੀਦ ਜਦੋਂ ਤੇਰੀ ਮੌਤ ਦੀ ਵਾਰੀ ਆਈ ਤਾਂ ਤੇਰੇ ਸਿਰ ਹੇਠਾਂ ਇੱਟ ਹੋਵੇਗੀ ਧਰਤੀ ਵਿੱਚ ਪਾਪ ਤੋਂ ਕਬਰ ਵਿੱਚ ਸੁੱਤਾ ਪਿਆ ਹੋਵੇਗਾ ਤੇ ਤੇਰੇ ਪਿੰਡੇ ਵਿੱਚ ਕੀੜੇ ਤੁਰਦੇ ਹੋਣਗੇ ਇਸ ਤਰ੍ਹਾਂ ਇੱਕੋ ਪਾਸੇ ਪਿਆ ਬੜਾ ਸਮਾਂ ਲੰਘ ਜਾਏਗਾ ਜਾਗਦੇ ਹੀ ਖਟਦੇ ਹਨ ਫਰੀਦਾ ਰਾਤ ਕਥੂਰੀ ਵੰਡੀਏ ਸੁੱਤਿਆਂ ਮਿਲੇ ਨਾ ਪਾਓ ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਨ ਕਵਾਓ ਪੰਨਾ 1382 ਅਰਥ हे ਫਰੀਦ ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ ਰਾਤ ਦੀ ਇਕਾਂਤ ਵਿੱਚ ਕਸਤੂਰੀ ਵੰਡੀ ਦੀ ਹੈ ਭਾਵ ਰਾਤ ਦੀ ਇਕਾਂਤ ਵੇਲੇ ਭਜਨ ਦੀ ਸੁਗੰਧ ਹੀ ਪੈਦਾ ਹੁੰਦੀ ਹੈ ਜੋ ਸੁੱਤੇ ਰਹਿਣ ਉਹਨਾਂ ਨੂੰ ਇਸ ਵਿੱਚੋਂ ਹਿੱਸਾ ਨਹੀਂ ਮਿਲਦਾ ਜਿਨ੍ਹਾਂ ਦੀਆਂ ਅੱਖਾਂ ਸਾਰੀ ਰਾਤ ਨੀਂਦ ਵਿੱਚ ਕੁੱਟੀਆਂ ਰਹਿਣ ਉਹਨਾਂ ਨੂੰ ਨਾਮ ਦੀ ਕਸਤੂਰੀ ਦੀ ਪ੍ਰਾਪਤੀ ਕਿਵੇਂ ਹੋਵੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਪੰਨਾ 1384 ਅਰਥ ਰਾਤ ਦੇ ਪਹਿਲੇ ਪੈਰ ਦੀ ਬੰਦਗੀ ਮਾਨੂੰ ਇੱਕ ਸੋਹਣਾ ਜਿਹਾ ਫੁੱਲ ਹੈ ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ ਉਹ ਪ੍ਰਮਾਤਮਾ ਪਾਸੋਂ ਬਖਸ਼ਿਸ਼ ਪ੍ਰਾਪਤ ਕਰਦੇ ਹਨ ਸਾਰੀ ਉਮਰ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹੀ ਪ੍ਰਮਾਤਮਾ ਨੂੰ ਮਨਜ਼ੂਰ ਹਨ ਦਾਤੀ ਸਹਬ ਸੰਧੀਆਂ ਕਿਆ ਚੱਲ ਲੈ ਤਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਪੰਨਾ 83 ਅਰਥ ਸਾਰੀਆਂ ਦਾਤਾਂ ਮਾਲਕ ਦੀਆਂ ਹਨ ਉਸ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਕਈ ਜਾਗਦੇ ਜੀਵਾਂ ਨੂੰ ਨਹੀਂ ਲੱਭਦੀਆਂ ਤੇ ਇੱਕ ਇਹਨਾਂ ਨੂੰ ਸੁੱਤਿਆਂ ਨੂੰ ਉਠਾ ਕੇ ਦਾਤਾਂ ਦਿੰਦਾ ਹੈ ਅਗਿਆਨਤਾ ਦੀ ਨੀਂਦ ਕਬੀਰ ਜਿਹਨੂੰ ਕਛੂ ਜਾਣਿਆ ਨਹੀਂ ਤੈਨ ਸੁਖ ਨੀਂਦ ਬਿਹਾਏ ਹਮੋ ਜੋ ਬੂਜੋ ਬੂਜਨਾ ਪੂਰੀ ਪਰਿਬਲਾਈ ਪੰਨਾ 1374 ਅਰਥ ਇੱਕ ਵੀਰ ਜਿਨ੍ਹਾਂ ਲੋਕਾਂ ਨੇ ਜੀਵਨ ਦੇ ਇਸ ਭੇਦ ਨੂੰ ਰਤਾ ਵੀ ਨੇ ਸਮਝਿਆ ਉਹ ਦਜਨ ਸੰਸੇ ਕਠੋਰਤਾ ਆਦਿਕ ਵਿੱਚ ਵਿਲਕਦੇ ਹੋਏ ਵੀ ਬੇਪਰਵਾਹ ਨਾਲ ਉਮਰ ਗੁਜ਼ਾਰੇ ਪਰ ਗੁਰੂ ਗੋਬਿੰਦ ਦੀ ਮਿਹਰ ਨਾਲ ਮੈਂ ਇਹ ਗੱਲ ਸਮਝ ਲਈ ਹੈ ਕਿ ਜਹ ਅਨਭੋ ਤੈ ਭੈ ਨਹੀਂ ਜਹ ਪਾਓ ਤਹ ਹਰ ਨਾ ਹੈ ਮੈਨੂੰ ਇਹ ਗੱਲ ਕਿਸੇ ਵੇਲੇ ਵੀ ਵਿਸਰਦੀ ਨਹੀਂ ਹੋਰ ਵੀ ਬਿਆਨਤ ਸ਼ਬਦ ਹਨ ਜਿਨ੍ਹਾਂ ਵਿੱਚ ਸੁੱਤੇ ਜਾਗਦੇ ਨੀਂਦ ਸ਼ਬਦ ਵਰਤ ਕੇ ਮਨੁੱਖ ਨੂੰ ਬੜ ਮੁੱਲਾ ਉਪਦੇਸ਼ ਦਿੱਤਾ ਹੈ ਕਈ ਕਈ ਟੰਗਾ ਨਾਲ ਇੰਨੀ ਲੰਬੀ ਸਿੱਖਿਆ ਦਿੱਤੀ ਜਾਣ ਤੇ ਵੀ ਮਨੁੱਖ ਮਾਇਆ ਦੇ ਮੋਹ ਵੱਲੋਂ ਸੁਚੇਤ ਨਾ ਹੋਇਆ ਮਾਇਆ ਦੇ ਮੋਹ ਦੀ ਪਕੜ ਏਡੀ ਮਜ਼ਬੂਤ ਹੈ ਕਿ ਮਨੁੱਖ ਨੇ ਗੁਰੂ ਵੀ ਦਸੀ ਜਾਗਰਤ ਅਵਸਥਾ ਵਿੱਚ ਆਉਣਾ ਬੜਾ ਕਠਨ ਜਾਣਿਆ ਕਿਸੇ ਵਰਲੇ ਭਾਗਾ ਵਾਲੇ ਦੀ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਨਾਲ ਜੁੜ ਕੇ ਮਾਇਆ ਦੇ ਮੋਹ ਵੱਲੋਂ ਮਰ ਗਈ ਅਤੇ ਉਸ ਨੂੰ ਆਤਮਿਕ ਜਾਗ ਆ ਗਈ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲੱਗ ਗਿਆ ਅਸ ਸੰਗ੍ਰਹਿ ਵਿਖ ਪਰ ਹਰ ਤਿਆਗਿਆ ਪਾਏ ਬਸੇ ਜਮ ਕਾ ਭਉ ਭਾਗਿਆ ਪੰਨਾ 221 ਅਰਥ ਮੇਰੀ ਸੁਰਤ ਮਾਇਆ ਦੇ ਮੋਹ ਵੱਲੋਂ ਪਰਤ ਪਈ ਹੈ ਦੁਨੀਆਂ ਦੀ ਕਿਰਤਕਾਰ ਕਰਦਿਆਂ ਹੀ ਮੇਰਾ ਮਨ ਮਾਇਆ ਵੱਲੋਂ ਮਰ ਗਿਆ ਹੈ ਮੈਨੂੰ ਆਤਮਿਕ ਜਾਗ ਆ ਗਈ ਹੈ ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ ਮੇਰਾ ਮਨ ਪ੍ਰਮਾਤਮਾ ਨਾਲ ਪ੍ਰੀਤ ਪਾ ਚੁੱਕਾ ਹੈ ਆਤਮਿਕ ਆਨੰਦ ਆਪਣੇ ਅੰਦਰ ਇਕੱਠਾ ਕਰਕੇ ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਦੂਰ ਕਰਕੇ ਸਦਾ ਲਈ ਤਿਆਗ ਦਿੱਤਾ ਹੈ ਪ੍ਰਮਾਤਮਾ ਦੇ ਪ੍ਰੇਮ ਵਿੱਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ਨੋਟ ਸੁਪਨੇ ਅਤੇ ਜਾਗਰਤ ਅਵਸਥਾ ਬਾਰੇ ਅਜਿਹੇ ਹੋਰ ਵਿਅੰਤ ਗੁਰੂ ਸ਼ਬਦ ਹਨ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਤੀਜੇ ਤੋਂ 8ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ